ਭੈਂਕਰ ਅੱਗ ਸੀ। ਇੱਕ ਵੋਲਵੋ ਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਸਵਾਰੀਆਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਹੈ। ਤਾਂ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ, ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਕਾਫੀ ਦੇਰੀ ਦੇ ਨਾਲ ਪਹੁੰਚਦੀ ਹੈ, ਜਿਸ ਦੇ ਕਾਰਨ ਸਵਾਰੀਆਂ ਦੇ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਇੱਕ ਵੋਲਵੋ ਦੀ ਬੱਸ ਦੇ ਵਿੱਚ ਅੱਗ ਲੱਗਣ ਦੇ ਨਾਲ ਸਾਰੀ ਬੱਸ ਹੀ ਸੜ ਕੇ ਸਵਾਹ ਹੋ ਗਈ ਹੈ, ਤੇ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪੁਲ ਦੇ ਉੱਪਰ ਖੜੀ ਇਸ ਬੱਸ ਦੇ ਵਿੱਚ ਅਚਾਨਕ ਅੱਗ ਲੱਗੀ ਹੈ। ਹਾਲਾਂਕਿ ਇਸ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਤਾਂ 20 ਸਵਾਰੀਆਂ ਇਸ ਦੇ ਵਿੱਚ ਸਵਾਰ ਦੱਸੀਆਂ ਜਾ ਰਹੀਆਂ ਨੇ। ਜਿਵੇਂ ਹੀ ਅੱਗ ਲੱਗਦੀ ਹੈ ਤਾਂ ਸਵਾਰੀਆਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ, ਚਾਲਕ ਅਤੇ ਕੰਡਕਟਰ ਫਟਾਫਟ ਨੀਚੇ ਉਤਰਦੇ ਨੇ ਅਤੇ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਪਰ ਕਿਹਾ ਜਾ ਰਿਹਾ ਕਿ ਫਿਰ ਵੀ 5 ਦੇ ਕਰੀਬ ਸਵਾਰੀਆਂ ਗੰਭੀਰ ਰੂਪ ਨਾਲ ਅੱਗ ਦੇ ਵਿੱਚ ਝੁਲਸੀਆਂ ਨੇ, ਜਿਸ ਦੇ ਕਾਰਨ ਉਹ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਬਿਹਾਰ ਦੇ ਵਿੱਚ ਇਸ ਬੱਸ 'ਚ ਅੱਗ ਲੱਗੀ ਹੈ। ਕਿਸ਼ਨਗੰਜ ਬੱਸ ਸਟੈਂਡ ਦੇ ਨੇੜੇ ਜਦੋਂ ਦੱਸਿਆ ਜਾ ਰਿਹਾ ਕਿ ਵੋਲਵੋ ਦੀ ਬੱਸ ਪਹੁੰਚੀ ਤਾਂ ਉੱਥੇ ਅਚਾਨਕ ਇਸ ਦੇ ਵਿੱਚ ਅੱਗ ਲੱਗ ਜਾਂਦੀ ਹੈ। ਤਾਂ 20 ਸਵਾਰੀਆਂ ਇਸ ਦੇ ਵਿੱਚ ਸਵਾਰ ਹੁੰਦੀਆਂ ਨੇ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਜਿਸ ਹਿਸਾਬ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਵੇਗੀ। ਤਾਂ ਉੱਥੇ ਹੀ ਮੌਕੇ ਦੇ ਉੱਤੇ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਪਰ ਕਈ ਘੰਟਿਆਂ ਤੱਕ ਮੌਕੇ 'ਤੇ ਫਾਇਰ ਬ੍ਰਿਗੇਡ ਨਹੀਂ ਆਈ, ਜਿਸ ਦੇ ਕਾਰਨ ਸਾਰੀ ਬੱਸ ਹੀ ਸੜ ਕੇ ਸਵਾਹ ਹੋ ਗਈ ਹੈ। कितने लोग सवार थे गाड़ी में? लगभग 20 आदमी थे सब। कहाँ जा रहे थे सभी? सभी पूर्णिया जा रहे थे। पूर्णिया गाड़ी थे। क्या नाम हो गया आपका? भयंकर आग से। ਇੱਕ ਵੋਲਵੋ ਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਸਵਾਰੀਆਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਹੈ। ਤਾਂ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ, ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਕਾਫੀ ਦੇਰੀ ਦੇ ਨਾਲ ਪਹੁੰਚਦੀ ਹੈ, ਜਿਸ ਦੇ ਕਾਰਨ ਸਵਾਰੀਆਂ ਦੇ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਇੱਕ ਵੋਲਵੋ ਦੀ ਬੱਸ ਦੇ ਵਿੱਚ ਅੱਗ ਲੱਗਣ ਦੇ ਨਾਲ ਸਾਰੀ ਬੱਸ ਹੀ ਸੜ ਕੇ ਸਵਾਹ ਹੋ ਗਈ ਹੈ, ਤੇ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪੁਲ ਦੇ ਉੱਪਰ ਖੜ੍ਹੀ ਇਸ ਬੱਸ ਦੇ ਵਿੱਚ ਅਚਾਨਕ ਅੱਗ ਲੱਗੀ ਹੈ। ਹਾਲਾਂਕਿ ਇਸ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਤਾਂ 20 ਸਵਾਰੀਆਂ ਇਸ ਦੇ ਵਿੱਚ ਸਵਾਰ ਦੱਸੀਆਂ ਜਾ ਰਹੀਆਂ ਨੇ। ਜਿਵੇਂ ਹੀ ਅੱਗ ਲੱਗਦੀ ਹੈ ਤਾਂ ਸਵਾਰੀਆਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ, ਚਾਲਕ ਅਤੇ ਕੰਡਕਟਰ ਫਟਾਫਟ ਨੀਚੇ ਉਤਰਦੇ ਨੇ ਅਤੇ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਪਰ ਕਿਹਾ ਜਾ ਰਿਹਾ ਕਿ ਫਿਰ ਵੀ 5 ਦੇ ਕਰੀਬ ਸਵਾਰੀਆਂ ਗੰਭੀਰ ਰੂਪ ਨਾਲ ਅੱਗ ਦੇ ਵਿੱਚ ਝੁਲਸੀਆਂ ਨੇ, ਜਿਸ ਦੇ ਕਾਰਨ ਉਹ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਬਿਹਾਰ ਦੇ ਵਿੱਚ ਇਸ ਬੱਸ 'ਚ ਅੱਗ ਲੱਗੀ ਹੈ। ਕਿਸ਼ਨਗੰਜ ਬੱਸ ਸਟੈਂਡ ਦੇ ਨੇੜੇ ਜਦੋਂ ਦੱਸਿਆ ਜਾ ਰਿਹਾ ਕਿ ਵੋਲਵੋ ਦੀ ਬੱਸ ਪਹੁੰਚੀ ਤਾਂ ਉੱਥੇ ਅਚਾਨਕ ਇਸ ਦੇ ਵਿੱਚ ਅੱਗ ਲੱਗ ਜਾਂਦੀ ਹੈ। ਤਾਂ 20 ਸਵਾਰੀਆਂ ਇਸ ਦੇ ਵਿੱਚ ਸਵਾਰ ਹੁੰਦੀਆਂ ਨੇ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਜਿਸ ਹਿਸਾਬ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ
ਲੱਗੀ ਹੋਵੇਗੀ ਤਾਂ ਉੱਥੇ ਹੀ ਮੌਕੇ ਦੇ ਉੱਤੇ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਕਈ ਘੰਟਿਆਂ ਤੱਕ ਮੌਕੇ 'ਤੇ ਫਾਇਰ ਬ੍ਰਿਗੇਡ ਨਹੀਂ ਆਈ ਜਿਸ ਦੇ ਕਾਰਨ ਸਾਰੀ ਬਾਸੀ ਸੜ ਕੇ ਸਵਾਹ ਹੋ ਗਈ ਹੈ। कितने लोग सवार थे गाड़ी में? लगभग 20 आदमी थे सब। कहाँ जा रहे थे सभी? सभी पूर्णिया जा रहे थे। पूर्णिया गाड़ी थे। क्या नाम हो गया आपका? मेरा नाम पूर्णिया।